ਪੰਜਾਬ ਅੰਦਰ ਨਸ਼ਿਆਂ ਦੀ ਵਗ ਰਹੀ ਹਨੇਰੀ ਨੇ ਇੱਕ ਹੋਰ ਮਾਂ ਦੀ ਕੁੱਖ ਖਾਲੀ ਕਰ ਦਿੱਤੀ ਹੈ। ਭਿੱਖੀਵਿੰਡ ਤੋਂ ਥੋੜੀ ਦੂਰ ਸਥਿਤ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਖਣਾ ਤੱਪਾ ਵਿਖੇ ਇੱਕ 35 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੇਜ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰ ਸਿੰਘ ਨਾਮ ਦੇ ਨੌਜਵਾਨ ਨੇ ਬੀਤੀ ਰਾਤ ਆਪਣੇ ਹੀ ਘਰ ਅੰਦਰ ਨਸ਼ੀਲਾ ਟੀਕਾ ਲਗਾ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਅਲੜਾ ਤੋਂ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਉਹਦੇ ਤੇ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ। ਨੌਜਵਾਨੀ ਬਚੇ, ਹੋਰਨਾਂ ਦੇ ਪੁੱਤ ਵੱਜਣ, ਮੇਰਾ ਤਾਂ ਮਰ ਗਿਆ, ਮੇਰਾ ਮਰ ਗਿਆ ਆ, ਹੋਰਨਾਂ ਦੇ ਵੱਜਣ, ਇਹ ਗੱਲ ਮੈਂ ਆਉਂਦੀ ਹਾਂ ਕਰਕੇ ਆਇਆ ਪੁਲਿਸ ਰੇਂਜ ਭਾਈ। 11 ਵਜੇ ਆਇਆ, ਬੂਹਾ ਖੁੱਲ੍ਹਾ ਸੀ, ਮੈਂ ਤਾਂ ਰੋਟੀ ਵੀ ਖਾਈ ਅਤੇ ਚਾਹ ਵੀ ਕੀ, ਤੁਹਾਨੂੰ ਕਿੱਧਰੋਂ ਆਇਆ ਕਿੱਧਰੋਂ, ਮੈਂ ਤਾਂ ਆ ਕੇ ਕਰੀ ਕੀਤਾ ਸੜਕ 'ਤੇ, ਫੋਨ ਨਹੀਂ ਕਿਸੇ ਨੂੰ, ਫੋਨ ਹੀ ਕੀਤਾ ਆਇਆ ਤਾਂ ਭੱਜ ਗਿਆ ਬਾਹਰ ਨੂੰ, ਕੀਤਾ ਕੋਈ ਚੀਜ਼ ਦੇ ਕੇ ਗਿਆ ਅਤੇ ਲਾ ਕੇ ਆਇਆ। ਕੀ ਆਇਆ, ਅਸੀਂ ਸੌਂ ਗਏ 11-12 ਵਜੇ, ਸੌਂ ਹੀ ਜਾਈਦਾ ਪੁੱਤ, ਦੋਵਾਂ ਨੀਂਦ ਉੱਠ ਕੇ ਇੱਕ ਦੂਜੇ ਦੇ ਕੰਧ ਪਿੱਛੇ ਪਰਦੇਸ ਹੋ ਜਾਂਦਾ। ਅਤੇ ਇੱਕੋ ਪਈ ਸੀ ਸਰਿੰਜ, ਇੱਕੋ ਸੀ ਸਰਿੰਜ, ਉਹ ਇਹ ਮੁੰਡਾ ਸਾਡਾ ਡਾਕਟਰ ਆ, ਉਹਨੇ ਹੀ ਆਣ ਕੇ ਵੇਖੀ, ਉਹਨੇ ਸਰਿੰਜ ਵੇਖੀ ਲਾਗੇ ਜਾ ਉਹਦਾ। ਵੀਰ ਜੀ ਦੀ ਉਮਰ ਹੈ, ਮੇਰੇ ਸਟਾਫ ਨਾਲ 36-37 ਸਾਲ ਉਮਰ ਸੀ, ਅਤੇ ਲਗਭਗ 1.5 ਸਾਲ ਤੋਂ ਜਦੋਂ ਦਾ ਬਾਹਰੋਂ ਆਇਆ ਹੁੰਦਾ ਸੀ, ਨਸ਼ਾ ਕਰਦਾ ਸੀ, ਨਸ਼ਾ ਭਾਈ ਜਿਹੜਾ ਪੰਜਾਬ ਦੇ ਕੋਲ ਚੱਲਣ ਡਿਆ ਸੀ, ਚਿੱਟੇ ਦਾ ਨਸ਼ਾ ਕਰਦੇ ਸੀ, ਇਹੀ ਲਿਆ ਹੋਏ ਤਾਂ ਦਿਨੇ ਸਾਡੇ ਮਤਲਬ ਜਦੋਂ ਅਸੀਂ ਵੇਖਿਆ ਇਹਨੂੰ ਅਤੇ ਇਸ ਤਰ੍ਹਾਂ ਪਿਆ ਹੋਇਆ, ਦਿਨੇ ਰਾਤ ਪਹਿਲਾਂ ਇਸ ਤਰ੍ਹਾਂ ਆਇਆ 10-11 ਵਜੇ, ਮੁੜ ਕੇ ਰੋਟੀ ਪਾਣੀ ਖਾ ਕੇ ਅਤੇ ਸੌਂ ਗਿਆ, ਦਿਨੇ ਮੰਮੀ ਨੇ ਚਾਹ ਵਾਸਤੇ ਆਵਾਜ਼ ਮਾਰੀ ਹੈ ਅਤੇ ਉਹ ਅੱਗੋਂ ਅੰਦਰੋਂ ਡੈਥ ਹੋਈ, ਮਤਲਬ ਇਸ ਕਰਕੇ ਬਿਲਕੁਲ ਸਰਿੰਜ ਵੀ ਆਪਣੇ ਇੱਥੇ ਮੁੰਡੇ ਸਿਰਾਣੇ ਪਈ ਬਿਲਕੁਲ। ਹਾਂਜੀ ਸਰਪੰਚ ਜੀ, ਜਿਹੜੀ ਤੁਹਾਡੇ ਪਿੰਡ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ, ਅਤੇ ਤੁਹਾਡਾ ਕੀ ਕਹਿਣਾ, ਕਮੇਟੀਆਂ ਬਣਨੀਆਂ ਚਾਹੀਦੀਆਂ, ਤੁਸੀਂ ਕੀ ਉਪਰਾਲਾ ਕਰ ਰਹੇ ਜੀ? ਬਿਲਕੁਲ ਜੀ, ਕਮੇਟੀਆਂ ਬਣਨੀਆਂ ਚਾਹੀਦੀਆਂ, ਅਸੀਂ ਤਾਂ ਜਦੋਂ ਸ਼ੁਰੂ 'ਚ ਸਰਪੰਚ ਬਣਿਆ ਉਦੋਂ ਵੀ ਕਮੇਟੀਆਂ ਪੀਤੀਆਂ, ਪਰ ਉਦੋਂ ਕਿਸੇ ਨੇ ਸਾਥ ਨਹੀਂ ਦਿੱਤਾ ਜੀ। ਮੈਂ ਤਾਂ ਹੱਥ ਜੋੜ ਕੇ ਸਾਰੇ ਬੇਨਤੀ ਕਰਦਾ ਵੀ ਇਹ ਕਮੇਟੀਆਂ ਤਗੜੇ ਹੋ ਕੇ ਬਣਾਓ, ਨਸ਼ਾ ਠੱਲ ਪੈ ਸਕੇ। ਇਹ ਤਕਰੀਬਨ ਪਹਿਲਾਂ ਤਾਂ ਬਾਹਰ ਹੀ 1.5-2 ਸਾਲ ਤੋਂ ਆਇਆ ਜੀ, ਉਹਦਾ ਟੱਕਰਿਆ ਵਾ, ਕੁਛ ਨਹੀਂ, ਭਰਾ ਦਾ ਵਿਚਾਰਾ ਰਸਤਾ ਰਹਿੰਦਾ ਵਾ, ਮਾਤਾ ਇਕੱਲੀ ਆ, ਉਹਨੂੰ ਮਾਰ ਕੁੱਟ ਕੇ ਪੈਸੇ ਲੈ ਜਾਂਦਾ ਇਹ, ਕੱਲ੍ਹ ਪਰਸੋਂ ਦਾ ਇਹਦਾ ਵਿਚਾਰਾ ਫਿਰ ਆਇਆ, ਇਸੇ ਕਰਕੇ ਜੀ ਇਹਦਾ ਕੋਈ ਇਲਾਜ ਕਰਾਈਏ, ਪਰ ਨਹੀਂ ਕਾਬੂ ਆਇਆ, ਰਾਤ ਵਿਚਾਰਾ ਇੱਥੇ ਦਿਲੇ ਨਾ ਵੇਖਿਆ ਅਤੇ ਆਹ ਗੱਲ ਬਣੀ ਪਈ।